ਲੜਕੀ ਹੈਗੀ ਆ, ਗੰਨਾ ਪਿੰਡ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈਗੀ ਆ, ਜਿਹਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਕਿ ਮੇਰੀ ਮਦਰ ਜਿਹੜੀ ਤੇ ਸਵਰਨਜੀਤ ਸੰਨੀ ਜਿਹੜਾ ਸੋਲ ਪਿੰਡ ਦਾ ਹੀ ਰਹਿਣ ਵਾਲਾ, ਉਹਦੇ ਨਾਲ ਇਹਦੀ ਮਦਰ ਦੇ ਰਿਲੇਸ਼ਨ ਸੀ। ਇਹਨਾਂ ਨੇ ਕਾਫੀ ਵਾਰੀ ਭੈਣ ਭਰਾ ਦੋਨਾਂ ਨੇ, ਗੁਰਦੀਪ ਸਿੰਘ ਜਿਹੜਾ ਮਰਿਆ ਹੈਗਾ, ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਕਾਫੀ ਵਾਰੀ ਮਦਰ ਨੂੰ ਜਿਹੜਾ ਰੋਕਿਆ ਇਹਨੂੰ ਮਿਲਣ ਤੋਂ, ਪਰ ਉਹ ਇਸ ਗੱਲ ਵੱਲ ਨਹੀਂ ਗਏ ਹੈਗੇ, ਰੁਕੇ ਨਹੀਂ ਹੈਗੇ। ਤੇ ਫਿਰ ਕੱਲ ਪਰਸੋਂ ਗੁਰਦੀਪ ਸਿੰਘ ਜਿਹੜਾ ਹੈਗਾ ਵਾ, ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਇਹਨੇ ਆਪਣੀ ਸੁਸਾਈਡ ਕਰ ਲਈ ਹੈਗੀ ਆ। FIR ਨੰਬਰ 83/24 ਤੇ 108 BSN ਨਵੇਂ ਐਕਟ ਦੇ ਮੁਤਾਬਕ ਕੇਸ ਰਜਿਸਟਰ ਕੀਤਾ, ਅਰੈਸਟ ਕੀਤਾ। ਜੀ, ਇਹਦੇ ਤੇ NDPS ਐਕਟ ਦੇ ਕਰੀਬ 8 ਮੁਕੱਦਮੇ ਪਹਿਲੇ ਵੀ ਦਰਜ ਆ, ਇਹ ਕ੍ਰਿਮੀਨਲ ਹੈਗੀ ਆ। ਮੈਂ ਤੇ ਸਾਰੇ ਲੋਕਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਕ੍ਰਿਮੀਨਲ ਲੋਕ ਇਹੋ ਜਿਹੇ ਕੰਮ ਕਰ ਰਹੇ, ਆਖਰ ਪੁਲਿਸ ਦੀ ਖਿੜਕੀ ਵਿੱਚ ਆ ਹੀ ਜਾਂਦੇ ਨੇ, ਜਿੱਦਾਂ ਹੁਣ ਇਹ ਕੱਲ ਇਹ ਆਈ ਆ ਸਾਡੀ ਖਿੜਕੀ 'ਚ ਆ ਹੀ ਗਈ, ਕਿਉਂਕਿ ਪਹਿਲਾਂ ਵੀ ਵਾਰ ਵਾਰ ਜੇਲ੍ਹ 'ਚ ਜਾਣਾ ਆਉਣਾ ਇਹਦੇ ਦਿਮਾਗ 'ਚ ਸੀਗਾ ਵੀ ਜੇਲ੍ਹ 'ਚੋਂ ਮੈਂ ਵਾਪਸ ਆ ਹੀ ਜਾਂਦੀ ਹਾਂ, ਅਤੇ ਹੁਣ ਫਿਰ ਸਾਡੀ ਖਿੜਕੀ 'ਚ ਆਈ। ਔਰ ਲੜਕੀ ਹੈਗੀ ਆ, ਗੰਨਾ ਪਿੰਡ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈਗੀ ਆ, ਜਿਹਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਕਿ ਮੇਰੀ ਮਦਰ ਜਿਹੜੀ ਤੇ ਸਵਰਨਜੀਤ ਸੰਨੀ ਜਿਹੜਾ ਸੋਲ ਪਿੰਡ ਦਾ ਹੀ ਰਹਿਣ ਵਾਲਾ, ਉਹਦੇ ਨਾਲ ਇਹਦੀ ਮਦਰ ਦੇ ਰਿਲੇਸ਼ਨ ਸੀ। ਇਹਨਾਂ ਨੇ ਕਾਫੀ ਵਾਰੀ ਭੈਣ ਭਰਾ ਦੋਨਾਂ ਨੇ, ਗੁਰਦੀਪ ਸਿੰਘ ਜਿਹੜਾ ਮਰਿਆ ਹੈਗਾ, ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਕਾਫੀ ਵਾਰੀ ਮਦਰ ਨੂੰ ਜਿਹੜਾ ਰੋਕਿਆ ਇਹਨੂੰ ਮਿਲਣ ਤੋਂ, ਪਰ ਉਹ ਇਸ ਗੱਲ ਵੱਲ ਨਹੀਂ ਗਏ ਹੈਗੇ, ਰੁਕੇ ਨਹੀਂ ਹੈਗੇ। ਤੇ ਫਿਰ ਕੱਲ ਪਰਸੋਂ ਗੁਰਦੀਪ ਸਿੰਘ ਜਿਹੜਾ ਹੈਗਾ ਵਾ, ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਇਹਨੇ ਆਪਣੀ ਸੁਸਾਈਡ ਕਰ ਲਈ ਹੈਗੀ ਆ। ਜੀ, FIR ਨੰਬਰ 83/24 ਤੇ 108 BSN ਨਵੇਂ ਐਕਟ ਦੇ ਮੁਤਾਬਕ ਕੇਸ ਰਜਿਸਟਰ ਕੀਤਾ, ਅਰੈਸਟ ਕੀਤਾ। ਜੀ, ਇਹਦੇ ਤੇ NDPS ਐਕਟ ਦੇ ਕਰੀਬ 8 ਮੁਕੱਦਮੇ ਪਹਿਲੇ ਵੀ ਦਰਜ ਆ, ਇਹ ਕ੍ਰਿਮੀਨਲ ਹੈਗੀ ਆ। ਮੈਂ ਤੇ ਸਾਰੇ ਲੋਕਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਕ੍ਰਿਮੀਨਲ ਲੋਕ ਇਹੋ ਜਿਹੇ ਕੰਮ ਕਰ ਰਹੇ, ਆਖਰ ਪੁਲਿਸ ਦੀ ਖਿੜਕੀ ਵਿੱਚ ਆ ਹੀ ਜਾਂਦੇ ਨੇ, ਜਿੱਦਾਂ ਹੁਣ ਇਹ ਕੱਲ ਇਹ ਆਈ ਆ ਸਾਡੀ ਖਿੜਕੀ 'ਚ ਆ ਹੀ ਗਈ, ਕਿਉਂਕਿ ਪਹਿਲਾਂ ਵੀ ਵਾਰ ਵਾਰ ਜੇਲ੍ਹ 'ਚ ਜਾਣਾ ਆਉਣਾ ਇਹਦੇ ਦਿਮਾਗ 'ਚ ਸੀਗਾ ਵੀ ਜੇਲ੍ਹ 'ਚੋਂ ਮੈਂ ਵਾਪਸ ਆ ਹੀ ਜਾਂਦੀ ਹਾਂ, ਅਤੇ ਹੁਣ ਫਿਰ ਸਾਡੀ ਖਿੜਕੀ 'ਚ ਆਈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।